ਕਸਬਾ ਚੱਬੇਵਾਲ ਵਿਖੇ ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਕੁਲਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਲੋਹੜੀ ਦਾ ਪਵਿੱਤਰ ਤਿਉਹਾਰ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਨਵੇਂ ਕੱਪੜੇ, ਲੱਡੂ, ਮੂੰਗਫਲੀ ਅਤੇ ਰੇਹੜੀਆਂ ਵੰਡ ਕੇ ਮਨਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਪਾਲ ਸੱਭਰਵਾਲ ਨੇ ਉੱਘੇ ਸਮਾਜ ਸੇਵੀ ਸਰਦਾਰ ਕੁਲਵਿੰਦਰ ਸਿੰਘ ਵੱਲੋਂ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਲੋਹੜੀ ਮਨਾਉਣ ਦੇ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਅਸੀਂ ਲੋਹੜੀ ਦਾ ਪਰਬ ਜਿਹੜਾ ਉਹ ਮਨਾ ਰਹੇ ਹਾਂ, ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਜਿਹੜਾ ਕਿ ਸ਼੍ਰੀ ਕੁਲਵਿੰਦਰ ਸਿੰਘ ਰਸੂਲਪੁਰੀ ਜੀ ਦੀ ਮਾਤਾ ਦੇ ਨਾਂ ਦੇ ਉੱਤੇ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਦੇ ਉੱਤੇ ਮੂੰਗਫਲੀ, ਰੇਹੜੀਆਂ, ਚਿੜਵੇ ਵਗੈਰਾ ਸਭ ਵੰਡੇ ਜਾਂਦੇ ਹੈ। ਤੋ ਅੱਜ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਝੁੱਗੀ ਝੌਂਪੜੀਆਂ ਦੇ ਵਿੱਚ ਬੱਚੇ ਰਹਿੰਦੇ ਆ, ਲੋਕ ਰਹਿੰਦੇ ਆ, ਉਹ ਬੜੇ ਹੁੰਮ ਆ ਕੇ ਆਏ ਔਰ ਉਹਨਾਂ ਨੂੰ ਜਿਹੜੇ ਕੱਪੜੇ ਹੈ ਬੱਚਿਆਂ ਨੂੰ ਉਹ ਦਾਨ ਦਿੱਤੇ ਗਏ। ਸੋ ਮੈਂ ਇਹਨਾਂ ਦੇ ਚੜ੍ਹਦੀ ਕਲਾ ਦੇ ਵਾਸਤੇ ਪ੍ਰਭੂ ਅੱਗੇ ਬੇਨਤੀ ਕਰਦਾ ਕਿ ਦਿਨ ਰਾਤ ਰਾਤ ਚੌਕਣੇ ਤਰੱਕੀ ਕਰਨ ਅਤੇ ਇਸੇ ਤਰ੍ਹਾਂ ਗਰੀਬਾਂ ਦੀ ਸਹਾਇਤਾ ਕਰਦੇ ਰਹਿਣ। ਧੰਨਵਾਦ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਮਾਤਾ ਚਿੰਤ ਕੌਰ ਦੀ ਯਾਦ ਵਿੱਚ ਹਰ ਸਾਲ ਲੋਹੜੀ ਗਰੀਬ ਲੋੜਵੰਦ ਬੱਚਿਆਂ ਨਾਲ ਮਨਾਈ ਜਾਂਦੀ ਹੈ ਅਤੇ ਲੋਹੜੀ ਦੇ ਪਾਵਨ ਪਵਿੱਤਰ ਤਿਉਹਾਰ 'ਤੇ ਬੱਚਿਆਂ ਨੂੰ ਗਰਮ ਕੱਪੜੇ, ਮੂੰਗਫਲੀ, ਰੇਹੜੀਆਂ ਅਤੇ ਲੱਡੂ ਵੰਡੇ ਜਾਂਦੇ ਹਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਲਕਾ ਚੱਬੇਵਾਲ ਦੇ ਵਿੱਚ ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਵੱਲੋਂ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ। ਅਸੀਂ ਹਰ ਇੱਕ ਸਾਲ ਇਹ ਤਿਉਹਾਰ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਿਹੜੇ ਬੱਚੇ ਰਹਿ ਰਹੇ ਆ ਗਰੀਬ, ਉਹਨਾਂ ਦੇ ਨਾਲ ਮਨਾਈਦਾ। ਅੱਜ ਘੱਟੋ ਘੱਟ 200 ਦੀ ਤਾਦਾਦ ਦੇ ਨਾਲ ਬੱਚਾ ਇੱਥੇ ਆਇਆ। ਅਸੀਂ ਸਾਰਿਆਂ ਨੂੰ ਗਰਮ ਕੱਪੜੇ ਔਰ ਲੋਹੜੀ ਦੇ ਤਿਉਹਾਰ ਦੇ ਉੱਤੇ ਰੇਹੜੀਆਂ, ਮੂੰਗਫਲੀ, ਲੱਡੂ ਵਗੈਰਾ ਵੰਡੇ ਆ। ਅਸੀਂ ਇਸੇ ਤਰ੍ਹਾਂ ਪੂਰੇ ਹਲਕੇ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰਦੇ ਹਾਂ। ਇਹ ਮਹਾਰਾਜ ਦਾ ਹੀ ਕਿਰਪਾ ਹੈਗੀ ਆ ਕਿ ਅਸੀਂ ਇਹ ਗਰੀਬਾਂ ਦੀ ਮਦਦ ਕਰਦੇ ਹਾਂ ਅਤੇ ਬੰਦਾ ਤਾਂ ਕੁਛ ਨਹੀਂ ਕਰ ਸਕਦਾ, ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਹੋ ਰਿਹਾ ਹੈਗਾ। ਨਾਲ ਹੀ ਅਸੀਂ ਇੱਕ ਦਿਨ ਪਹਿਲਾਂ ਲੋਹੜੀ ਮਨਾ ਰਹੇ ਹਾਂ ਕਿਉਂਕਿ ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਹੈ, ਜਨਮ ਦਿਹਾੜਾ ਹੈ। ਮੈਂ ਪੂਰੇ ਪੰਜਾਬ ਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸਰਦਾਰ ਮਹਿੰਦਰ ਸਿੰਘ ਭੰਬੋ, ਮੀਤ ਪ੍ਰਧਾਨ ਬਾਜੀਗਰ ਸੈੱਲ ਪੰਜਾਬ, ਰਸ਼ਪਾਲ ਸਿੰਘ ਪਾਲੀ, ਰਾਕੇਸ਼ ਕੁਮਾਰ ਰਾਣਾ, ਗੁਰਪ੍ਰੀਤ ਸਿੰਘ ਅਜਮੇਰ ਸਿੰਘ ਮਾਹਲਪੁਰ, ਸਰਪੰਚ ਸੁਖਵਿੰਦਰ ਸਿੰਘ, ਅਮਰੀਕ ਸਿੰਘ, ਸਟੀਫਨ ਚੌਧਰੀ ਅਤੇ ਸੌਰਭ ਸੇਠ ਆਦਿ ਹਾਜ਼ਰ ਸਨ।